ਹੈਲੋ ਜੀ, ਸਾਰਾ ਸਤਿ ਸ਼੍ਰੀ ਅਕਾਲ ਤੇ ਯੂਟਿਊਬ ਚੈਨਲ ਤੇ ਸਵਾਗਤ ਕਰਦੇ ਹਾਂ। ਅੱਜ ਅਸੀਂ ਫਿਰ ਚੱਲੇ ਜਤਿੰਦਰ ਦੀ ਭੂਆ ਜੀ ਕੋਲ। ਪਹਿਲੀ ਵਾਰ ਦੂਜੀ ਚੱਲੇ ਗੁਰਨਵਾਲ ਫਸਟ ਟਾਈਮ ਲੈ ਕੇ ਚੱਲੇ ਤੇ ਮੈਂ ਵੀ ਰੈਡੀ ਹੋ ਗਈ, ਸਾਰੇ ਹੋ ਗਏ। ਇੱਧਰ ਦੀਪ ਭੈਣ ਵੀ ਹੈਗੀ, ਦੀਪ ਭੈਣ ਗਈ ਅੱਜ ਮੀਟਿੰਗ ਰੱਖ ਲਈ ਮੈਨੂੰ ਲੱਭੇ ਨਾ, ਮੈਂ ਹੁਣ ਤੇ ਬੜਾ ਵੱਡਾ ਕਲੇਸ਼ ਹੋਏ ਨਾ। ਇਹ ਤੋਂ ਪਹਿਲਾਂ ਲੱਭਦੇ ਮੈਂ ਜਲਦੀ ਜਲਦੀ ਲੱਭ ਕੇ ਦਿੱਤੀ ਤੇ ਹੁਣ ਚੱਲੇ ਭੂਆ ਆਪਣੀ ਕੋ, ਨਿੱਕੀ ਕੋ ਭੱਜ ਲੈ ਕੇ ਤੇ ਥੋੜੇ ਦਿਨਾਂ ਬਾਅਦ ਜਾਵਾਂਗੇ ਵੱਡੀ ਕੋ। ਤੇ ਹੁਣ ਇੱਦਾਂ ਹੀ ਛੁੱਟੀਆਂ ਮੁੱਕ ਚੱਲੀਆਂ ਤੇ ਇੱਕ ਮੇਰੀ ਭੈਣ ਕਹਿਣ ਡਈ ਵੀ ਇਹਨੇ ਡਿਊਟੀ ਛੱਡਤੀ, ਪਰ ਮੈਂ ਛੁੱਟੀ ਲੈ ਕੇ ਲੰਘਿਆ ਹੁਣ। ਮੈਂ ਇਹ ਭਾਈ ਅੱਜ ਛੁੱਟੀ ਲਈ ਹੈ, ਥੋੜੇ ਭਾਜੀ ਨਹੀਂ ਬਿਜੀ ਰਹੇ ਹੁਣ ਮੈਂ ਤਿਆਰੀ, ਬਸ ਹੁਣ ਮੈਂ ਡਿਊਟੀ ਤੇ ਚੱਲਿਆ ਤੇ ਹੁਣ ਸਾਰੇ ਜਣੇ ਤਿਆਰ ਹੋ ਗਏ ਆ ਵੀਰ ਦੀ ਵੇਟ ਕਰਨ ਦੇ। ਜਿੱਦਾਂ ਤੁਸੀਂ ਕੱਲ੍ਹ ਵਾਲੇ ਵਲੌਗ 'ਚ ਵੇਖਿਆ ਕਿ ਵੀਰ ਕੱਲ੍ਹ ਹੀ ਲੇਟ ਆਇਆ, ਅੱਜ ਫਿਰ ਲੇਟ ਆਇਆ, ਹੁਣ ਵੀ ਨਿਕਲਣਾ ਇੰਨਾ ਵੀ ਸਾਡਾ ਉਹਨੇ ਚੰਡੀਦਾ ਬਣਾਉਣਾ ਪੈਣ ਲੱਗ ਜਾਂਦਾ। ਤਿਆਰੀ ਹੋ ਗਈ ਹੈ, ਗੁਰਬੰਦੀ ਵੀ ਹੋ ਗਈ। ਗੁਰਬੰਦ ਚੀਕਾਂ ਮਾਰਨਾ ਪਿਆ, ਦੀਪ ਨੇ ਸੋਹਣਾ ਸੂਟ ਪਾਇਆ ਸੀ, ਕੱਲ੍ਹ ਪਾਕਿਸਤਾਨੀ ਸੂਟ ਪਾਇਆ, ਮੰਮੀ ਨੇ ਪਸੰਦ ਨਹੀਂ ਕੀਤਾ ਪਰ ਮੈਨੂੰ ਤਾਂ ਵਧੀਆ ਲੱਗਾ। ਅੱਜ ਤਾਂ ਟੌਰ ਟੌਰ ਚੱਲ ਰਹੀ ਹੈਗੀ, ਅੱਜ ਸਿਰ ਵਧੀਆ ਹੋਇਆ ਅੱਜ। ਹਾਂਜੀ, ਤੇ ਹੁਣ ਮੈਂ ਵੀ ਰੈਡੀ ਹੋ ਗਿਆ, ਮੈਂ ਵੀ ਤੁਰ ਲੱਗਾ ਤੇ ਬਾਕੀ ਵਲੌਗ ਵੇਖਣ ਡਿਆ। ਇਹਨਾਂ ਵਲੌਗ ਕੱਲ ਵਾਲਾ ਵੇਖਿਆ, ਗੁਰਨਵਾਲ ਨੂੰ ਜੁੱਤੀ ਪਾ ਕੇ ਅਸੀਂ ਤਿਆਰ ਕਰਕੇ ਅਸੀਂ ਖਾਣ ਲੱਗੇ ਭੂਈ ਕੋ, ਮੇਰੀ ਭੂਈ ਕੋ। ਕੱਲ ਗਿਆ ਸੀ ਆਪਣੀ ਭੂਈ ਕੋ, ਅੱਜ ਜਾਊਗਾ ਮੇਰੀ ਭੂਈ ਕੋ। ਤੇ ਅੱਜ ਵੈਡਨਸਡੇ ਨੇ ਤੇ ਭੂਈਆਂ ਦਾ ਬੜਾ ਚਾਹ ਹੁੰਦਾ ਸੀ, ਅਸੀਂ ਲੜੀ ਜਾਣਾ ਸਾਡੇ ਘਰ ਸੋ, ਭੂਈ ਸਾਡੇ ਘਰ ਸੋ। ਓ ਅੱਛਾ ਅੱਛਾ, ਠੀਕ ਠੀਕ, ਸਹੀ ਗੱਲ ਹੈ। ਮੈਂ ਭੂਆਣੇ ਦਾ ਕਰ ਰਿਹਾ ਇੱਧਰ। ਵਿਪੂ ਨੇ ਅੱਜ ਵੈਡਨਸਡੇ ਤੋਂ ਕੀ ਬਣ ਗਈ ਆ, ਐਨਮੋਗਰੀ ਨਹੀਂ ਇਹ ਸਿੱਧਾ ਪਾਸਾ ਕਿਹੜਾ ਹੋਊਗਾ, ਸਿੱਧਾ ਪਾਸਾ ਕਿਹੜਾ ਹੋਊਗਾ। ਅੱਜ ਬਾਬਾ ਜੀ ਨੇ ਆਪਣੀ ਪੋਸ਼ਾਕ ਬਦਲੀ ਲੋੜ ਵੱਡਣ ਦੀ। ਚਲੋ ਬਾਕੀ ਵੇਖੀਏ ਕੌਣ ਕੌਣ ਤਿਆਰ ਹੋਇਆ, ਡੈਡੀ ਵੀ ਅੱਜ ਤਿਆਰ ਹੋ ਗਏ। ਸੁੱਖ ਨੇ ਵੇਖ ਲਿਆ ਵਲੌਗ, ਉਹਨੇ ਕਹਿਣਾ ਵੀ ਡੈਡੀ ਕਿੱਥੇ ਚੱਲਿਆ ਅੱਜ, ਡੈਡੀ ਤੇ ਰਾਹ ਆ ਗਿਆ ਕੱਲ ਆਇਆ। ਤਿਆਰੀ ਆ, ਅੱਜ ਚੱਲੀ ਮੰਮੀ ਆਪਣੇ ਨਾਨ ਕੋ, ਕੱਲ ਗਈ ਮਨਦੀਪ ਆਪਣੇ ਨਾਨ ਕੋ, ਅੱਜ ਚੱਲੇ ਮੰਮੀ ਆਪਣੀ ਨਾਨ ਕੋ, ਡੈਡੀ ਚੱਲ, ਕੱਲ ਮੈਂ ਗਿਆ ਆਪਣੀ ਭੈਣ ਕੋ, ਅੱਜ ਡੈਡੀ ਚੱਲੇ ਆਪਣੀ ਭੈਣ ਕੋ। ਹੁਣ ਸੰਦੀਪ ਭਾਈ ਨੇ ਗੁੱਸੇ ਹੋਣਾ, ਤੂੰ ਕਰਨੀ ਫੋਟੋ ਖਿੱਚਣੀ ਖਲੋਤੀ ਦੇ ਪੋਚ ਉਸੇ ਜੀ। ਚਲੋ ਚਲੀਏ, ਲੈਟਸ ਗੋ, ਟਾਈਮ ਹੋ ਗਿਆ ਕੱਲ ਵਾਲਾ, ਜਿੰਨਾ ਟਾਈਮ ਹੋ ਗਿਆ ਉਹ ਤੋਤੇ ਹੋ ਗਿਆ ਥੋੜਾ ਜਿਹਾ। ਚਲੋ ਚਲੀਏ, ਚਲੋ ਮਾਰੋ ਬੂਏ ਬਾਵੇ, ਚਲੋ ਵੀ ਚੱਲ ਮਨਦੀਪ, ਚਲੋ। ਦੋ ਡੱਬੇ ਭਾਜੀ ਦੇ ਆ ਚੁੱਕੇ ਨੇ ਤੇ ਇੱਕ ਮੈਂ ਹੋਰ ਲਿਆਉਣਾ ਚੁੱਕਿਆ, ਹੁਣ ਤਿੰਨ ਡੱਬੇ ਨੇ ਬਈ ਭੂਆ ਦੀ ਭਾਜੀ, ਤਿੰਨਾਂ ਡੱਬਿਆਂ ਡੱਬੇ ਡੱਬੇ ਦਾ ਫਰਕ ਹੁੰਦਾ ਨਾ, ਲੱਡੂ ਭਾਈ ਉਹਨੇ ਹੁਣ ਸਾਹ ਚੜਾ ਦਿੱਤਾ ਮੈਨੂੰ, ਦੋ ਡੱਬੇ ਚੁਕਾ ਚੁਕਾ ਕੇ ਆ ਡੇ ਇੱਕ ਡੱਬੇ ਦੀ ਤਿਆਰੀ ਕਰਨ। ਚਲੋ ਚਲੋ ਬਾਹਰ ਨਿਕਲੋ, ਆ ਗਏ ਵੀਰ ਵੀ, ਸਾਹ ਚੜਾ ਦਿੱਤਾ ਯਾਰ। ਇੱਧਰ ਸਾਰੇ ਜਣੇ ਬੈਠੇ ਫਿਰ ਡੀਕਣ ਡਿਆ ਅੱਜ ਕੱਲ੍ਹ ਵਾਂਗੂ, ਅਤੇ ਗੁਰਨਵਾਜ ਵੀ ਚੱਲਿਆ ਅਤੇ ਵਿਪੂ ਵੀ ਚੱਲਿਆ, ਦੀਪ ਹੋਈ ਇਹਨਾਂ ਬੈਗ ਅੱਜ ਫੜ ਲਿਆ, ਇਹਨਾਂ ਕਹਿੰਦੇ ਅਸੀਂ ਉੱਥੋਂ ਗਾਹ ਚੱਲ ਜਾਣਾ, ਪਰ ਗੱਪਾਂ ਇਹਨਾਂ ਦੇ ਸਕਸੈਸ ਨਹੀਂ ਹੋਣਾ, ਪਲੈਨ ਇਹ ਨਹੀਂ ਹੋਣਾ, ਇਹ ਨਹੀਂ ਹੋਣਾ, ਮੈਨੂੰ ਪਤਾ, ਵੇਖ ਲਾਂਗੇ, ਵੇਖ ਲਈ ਤੂੰ।
ਹਨੇਰਾ ਹੋਏ ਨਾ ਤੁਹਾਨੂੰ ਹੋ ਜਾਣਾ ਕੋਈ ਨਹੀਂ ਹਨੇਰੇ ਚਲ ਜਾਾਂਗੇ ਕਿੰਨੇ ਵਜੇ ਆਏਗੀ ਐਵੇਂ ਗੱਪਾਂ ਮਾਰਦੀ ਦੀਆਂ ਗੱਲਾਂ ਸੁਣਦੀ ਨਾ ਇਹ ਲੈ ਜੇ ਫਿਰ ਅੰਦਰ ਵੀਰ ਵੀ ਆ ਗਿਆ ਤੇ ਇੱਧਰ ਮਾਸੀ ਅੰਦਰ ਚਾਬੀ ਫੜਾਇਆ ਡੈਡੀ ਰਹਿਣ ਦੋ ਇਹਨੂੰ ਨੀ ਖੜਨਾ ਇਹਨੂੰ ਨੀ ਖੜਨਾ ਕਹਿੰਦੇ ਇਹਨੂੰ ਨੀ ਖੜਨਾ ਰਹਿਣ ਦੋ ਇੱਕ ਗੱਡੀ ਮੇਰੇ ਹਿਸਾਬ ਨਾਲ ਬੜੀ ਜਿੰਨੇ ਕੁ ਜਾਣੇ ਆਪਾਂ ਤੂੰ ਕਿਤੇ ਬਗਾਨੀ ਆ ਹਾਂਜੀ ਹੁਣ ਸਾਰੇ ਜਣੇ ਬਹਿ ਗਏ ਦੀਪ ਦੀਦੀ ਤੇ ਸਰਗੁਣ ਤੇ ਕੌਲ ਕੌਲ ਇੱਧਰ ਬਹਿ ਗਈ ਤੇ ਆਪਾਂ ਸਾਰੇ ਜਣੇ ਚੱਲੇ ਹੁਣ ਪਹੁੰਚ ਕੇ ਉੱਥੇ ਤੁਹਾਨੂੰ ਦੱਸਦੇ ਆ ਜੇ ਮੰਮੀ ਨੇ ਜਹੇਦਾਰ ਸਾਹਿਬ ਆਏ ਨੇ ਤੇ ਮੰਮੀ ਨੇ ਸਾਡਾ ਸਾਥ ਛੱਡਤਾ ਜਹੇਦਾਰ ਸਾਹਿਬ ਵੱਲ ਪੱਜ ਕੇ ਬਹਿ ਗਈ ਨੰਗਲੀ ਵਾਲੇ ਰਸਤੇ ਤੇ ਨੰਗਲੀ ਦਾ ਪੁਲ ਟੁੱਟਾ ਆ ਟਰੱਕਾਂ ਨੇ ਸਾਡਾ ਪੁਲ ਤੋੜਤਾ ਤੇ ਹੁਣ ਪਤਾ ਨੀ ਕਿੱਦਾਂ ਨੰਗਾ ਪਰ ਇਹ ਵੀ ਉਹਨਾਂ ਨੂੰ ਚਾਹੀਦਾ ਪਹਿਲਾਂ ਭਰਾ ਨਾ ਜ਼ਰੂਰੀ ਕਿਹਾ ਤੁਹਾਨੂੰ ਸੁਣਾਉਣਾ ਬਿਲਕੁਲ ਟੁੱਟ ਹੀ ਗਿਆ ਹਾਂਜੀ ਨੰਗਾ ਲੱਗਣ ਦਾ ਡਰ ਲੱਗਦਾ ਸਹੀ ਗੱਲ ਚਲ ਕੋਈ ਗੱਲ ਨਹੀਂ ਸਤਿਕਾਲ ਸਾਰਾ ਪਰਿਵਾਰ ਆ ਕੇ ਖਲੋ ਗਏ ਦੀਪ ਦੇ ਆ ਕੇ 16 ਸਾਲਾਂ ਦੀ ਕੁੜੀ ਲਿਆਂਦੀ ਜਿਤਨ ਦਾ ਦੀ ਭੂਆ ਜੀ ਵੇਟ ਕਰਨ ਦੇ ਖਲੋਤੇ ਦਰਵਾਜੇ ਗਾੜੀ ਚੰਗਾ ਅਰੇਂਜਮੈਂਟ ਕੀਤਾ ਇਹਨਾਂ ਨੇ ਮੈਂ ਚੰਗਾ ਭੂਆ ਅਰੇਂਜਮੈਂਟ ਕੀਤਾ ਸਾਰਿਆਂ ਲਈ ਭਰਜਾਈਆਂ ਲਈ ਉਹ ਭੂਈ ਫੁੱਫੂ ਖਲੋਤੇ ਪਹੁੰਚ ਗਏ ਭੂਆ ਕੇ ਪਿੰਡ ਤੇ ਭੂਆ ਬਾਹਰ ਹੀ ਆ ਗਏ ਮਿਲਣ ਆ ਭੂਆ ਵਾਲਾ ਮੁੰਡਾ ਇੱਕ ਬਾਹਰ ਮਨਪ੍ਰੀਤ ਨੇ ਪੂਰਾ ਵਿਆਹ ਬਣਾਇਆ ਵੀਰ ਹੈ ਮਨਪ੍ਰੀਤ ਡੈਡੀ ਕਹਿੰਦੇ ਮਨਪ੍ਰੀਤ ਦਾ ਵਿਆਹ ਵੀ ਕਰੀ ਜਾਈ ਹੋਣਾ ਇਹਦੇ ਹੈਗੀ ਪਸੰਦ ਕੋਈ ਵੇਖ ਲਾ ਮੌਕਾ ਹੀ ਹੋਣਾ ਮਾਮਾ ਮਾਮਾ ਆਇਆ ਵੱਡਾ ਟੇਬਲ ਲੱਗੇ ਤੇ ਹੁਣ ਉਹਨਾਂ ਨੇ ਆਪਣੀ ਲਾਈਨ ਲਾ ਲਈ ਆ ਵਧੀਆ ਸਗੋਂ ਬਹਿ ਕੇ ਉੱਠਣ ਨਾਲੋਂ ਉਹ ਤੇ ਕੁਰਸੀਆਂ ਲੱਗੀਆਂ ਬਹਿ ਜਾ ਕੇ ਫੁੱਫੜਾ ਦਾ ਜਹੇਦਾਰ ਬਣ ਗਿਆ ਵੇਲਾ ਪੂਰਾ ਤੁਸੀਂ ਬਹਿ ਗਏ ਜੇ ਹਾਂ ਥੋੜੇ ਭੂਆ ਸਾਡੀ ਨੇ ਡੱਲਾਂ ਭਰ ਭਰ ਕਰ ਲਏ ਪਰ ਬੰਦੇ ਮੈਨੂੰ ਜਾ ਦੇ ਥੋੜੇ ਆ ਹੈਂ ਪਕੌੜੇ ਮੈਂ ਭੂਆ ਨੇ ਡੱਲਾਂ ਭਰ ਭਰ ਕਰ ਲਏ ਤੇ ਪ੍ਰਾਹੁਣੇ ਮੈਨੂੰ ਜਾ ਦੇ ਥੋੜੇ ਆ ਪਰ ਪ੍ਰੀਤ ਤੇ ਪ੍ਰੀਤ ਪ੍ਰਾਹੁਣਾ ਆਉਂਦੇ ਇੱਧਰ ਇੱਕ ਭੂਆ ਦੀ ਕੁੜੀ ਦੇ ਪ੍ਰਾਹੁਣਾ ਆਉਂਦੇ ਅਜੇ ਫਿਰ ਵੀ ਹੋ ਹੀ ਜਾਣੇ ਰਿਸ਼ਤੇਦਾਰ 4-5 ਹੋਰ ਵੀ ਆਉਂਦੇ ਨੇ ਵਿੱਚ ਭੂਆ ਵੀ ਆਪਣੀ ਤੇ ਦੁਕਾਨ ਵੀ ਆਪਣੀ ਲਿਫਾਫੇ ਵੀ ਆਪਣੇ ਪਕੌੜੇ ਥੋੜੀ ਵਿਕਣੇ ਪਕੌੜੇ ਥੋੜੀ ਵਿਕਣੇ ਉਹਨਾਂ ਦੇ ਵਿਕਣੇ ਨਹੀਂ ਆਪਣੇ ਕਹਿੰਦੇ ਆ ਕਾਹਦੀ ਸਾਰਿਆਂ ਨੇ ਜ਼ਿਆਦਾ ਪੇਟ ਭਰ ਲਿਆ ਮੈਨੂੰ ਰਾਤ ਖੰਘ ਆਉਂਦੀ ਸੀ ਇਸ ਕਰਕੇ ਆਪਾਂ ਥੋੜ੍ਹੇ ਜਿਹੇ ਪਕੌੜੇ ਖਾਧੇ ਅੱਜ ਬਿਲਕੁਲ ਘੱਟ ਹਮਨੇ ਤੋਂ ਆ ਵੇਖ ਕੇ ਖਾਇਆ ਅੱਜ ਜਿੰਮ ਮੈਂ ਬਹੁਤ ਜ਼ੋਰ ਲਗਾਇਆ ਤਾ ਹਾਂ ਔਰ ਦੋ ਵਾਰੀ ਹਮਾਰੀ ਬੈਕ ਠੀਕ ਆ ਆਹ ਅੱਜ ਭੂਆ ਦਾ ਘਰ ਆ ਤੇ ਉੱਧਰ ਭੂਆ ਦੇ ਦਿਓਰ ਦਾ ਘਰ ਆ ਅਤੇ ਉਹ ਭੂਆ ਦਾ ਦਿਓਰ ਨਿਕਲਾਇਆ ਭੂਆ ਦੇ ਦਰਾਨੀ ਵੀ ਨਿਕਲਾਏ ਹੱਸਿਆ ਭੂਆ ਜੀ ਆਹ ਭੂਆ ਸਾਡੀ ਦਾ ਦਿਓਰ ਅਤੇ ਫੁੱਫੜ ਨੂੰ ਕੋਈ ਮਿਲ ਲਿਆ ਉਹ ਭੂਆ ਸਾਡੀ ਦਾ ਮੁੰਡਾ ਅਤੇ ਇੱਕ ਮੁੰਡਾ ਸਾਡਾ ਭੂਆ ਦਾ ਬਾਹਰ ਹੈ ਦੋ ਹੀ ਮੁੰਡੇ ਆ
ਉਧਰ ਪ੍ਰੀਤ ਤੇ ਭਾਜੀ ਆ ਜੀ ਕਿੱਥੇ ਸੀ ਜਾਂ ਸਸਿਆ ਕੀ ਹਾਲ ਭਾਬੀ ਨੂੰ ਬਿਨਵਾਏ ਮੈਂ ਵੇਲੋ ਭਰਾ ਨੂੰ ਹੈ ਪਹਿਲੋ ਭਰਾ ਨੂੰ ਮੇਰਾ ਭਰਾ ਹੋ ਭੱਜੀ ਕਿ ਮੈਂ ਉੱਥੇ ਪਵਾਂ ਤੇ ਇਦਾਂ ਹੀ ਆ ਫਿਰ ਪਿਆ ਸਿਗਾਲ ਜਿਹੜੀ ਚਾਚੂ ਦੀ ਵੀ ਜਿਹੜੀ ਸਾਡੀ ਭੂਆ ਨਾ ਉਹ ਤੇ ਸਾਡੀ ਭੂਆ ਤੇ ਜਿਹੜੀ ਭਾਬੀ ਦੀ ਭੂਆ ਉਹ ਸਾਡੀ ਭੂਆ ਦੀ ਸੱਸ ਆ ਦੋ ਜਿਹੜੀ ਸਾਡੀ ਭੂਆ ਦੀ ਸੱਸ ਆ ਉਹ ਸਾਡੀ ਭਾਬੀ ਦੀ ਸਗੀ ਭੂਆ ਆ ਤੇ ਜਿਹੜੀ ਸਾਡੀ ਭੂਆ ਉਹ ਸਾਡੀ ਭੂਆ ਜਿਹੜੀ ਜਿਹੜੀ ਇਹ ਸਾਡੀ ਭੂਆ ਤੇ ਭੂਆ ਦੀ ਸੱਸ ਜਿਹੜੇ ਉਹ ਭਾਬੀ ਦੀ ਭੂਆ ਸਾਡੀ ਸਗੀ ਭੂਆ ਤੇ ਜਿਹੜੀ ਭੂਆ ਸਾਡੀ ਦੀ ਸੱਸ ਆ ਰਜਵਿੰਦਰ ਦੀ ਸਗੀ ਭੂਆ ਇਹਦੀ ਮੰਮਾ ਵਲੋਗ ਵੇਖਦੇ ਨਾ ਆਪਣੇ ਤੇ ਆਖਣ ਦੇ ਸੀ ਕਿ ਮੈਨੂੰ ਮਿਲਣ ਵਾਸਤੇ ਆਉਣਾ ਜਦੋਂ ਇੱਥੇ ਆਏ ਚੱਲ ਕੋਈ ਨੀ ਲੈ ਆਉਣਾ ਕੋਈ ਨੀ ਸਭ ਕੁਝ ਖਾ ਲਿਆ ਰਵਿੰਦਰ ਵੀ ਪਹੁੰਚ ਚੁੱਕਾ ਕਾਲਜ ਸਿੱਧਾ ਹੀ ਆਇਆ ਹੁਣ ਇਹਨੇ ਵੇਖਣਾ ਗੱਡੀ ਕਿੱਥੇ ਲੱਗੀ ਆ ਕਿੰਨੀ ਉੱਚੀ ਕਿੱਥੇ ਛਿੱਟ ਪਈ ਆ ਕੀ ਹੋਇਆ ਸਭ ਕੁਝ ਵੇਖਣਾ ਵੇਖ ਕੇ ਦੱਸਣਾ ਹੁਣ ਇਹਨੇ ਮੈਨੂੰ ਆਹ ਥੋੜ੍ਹਾ ਜਿਹਾ ਇੱਧਰ ਨੂੰ ਕਰ ਲੈਣਾ ਸਿਸਟਮ ਫੇਸ ਸੈੱਟ ਇਹਨੇ ਇੱਦਾਂ ਗਈ ਆ ਮੇਰੇ ਪ੍ਰਿੰਟਰ ਦਾ ਫੜ 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 ਆ ਗਈਆਂ ਨੇ ਫੜਾਈਆਂ ਦੇ ਛਿੱਤਰ ਖਾ ਕਰ ਸੇ ਰਹਿਣ ਜਹਿੜ ਪਈਏ ਜਹਿੜ ਪਈਏ ਦੀ ਭਾਜੀ ਬਣ ਜਾਣੀ ਜਹਿੜ ਦੀ ਥੱਥੀ ਚੁੱਕੀ ਜਾਣੀ ਤੇ ਚੱਲ ਕੇ ਚੁੱਕਣ ਦੇ ਟੌਰ ਹੈ ਨਾ ਅੱਜ ਦੀ ਵੀਰ ਜੀ ਨੇ ਅੱਜ ਪੱਗ ਵਧੀ ਹੋਈ ਹੈ ਅੱਜ ਬਾਹਰ ਆਏ ਹੋਏ ਨਾ ਅੱਜ ਭੂਆ ਕੋ ਆਏ ਹੋਏ ਅੱਜ ਟੌਰ ਨਾ ਆਏ ਅੱਜ ਨੀ ਇਹਨਾਂ ਚੁੱਕਣੀ ਇਹਨਾਂ ਦੇ ਕੰਨ ਪੱਕੇ ਆ ਪ੍ਰਾਹੁਣਿਆਂ ਨੇ ਨੀ ਪੱਕੇ ਪ੍ਰੋਗਰਾਮ ਦਾ ਲਿਫਾਫਾ ਮੰਜੀ ਨੂੰ ਪੱਕਾ ਰੱਖੇ ਚਾਹ ਵਾਲਾ ਸੀ ਜਿਹੜਾ ਹਾਂ ਦੋਵੇਂ ਸੋਹਣੇ ਆ ਇੱਕ ਵੇਖਣ ਜਾਣਾ ਤਾਂ ਇੱਕ ਮੈਂ ਜਾਣਾ ਪਰ ਤਬੀਅਤ ਬੜਾ ਕੋਈ ਸੋਹਣੇ ਆਹ ਹਾਂ ਕੀ ਜਾਣਾ ਤੁਹਾਡਾ
ਸੌਖੀ ਹੋਵੇ ਮਾਸਾ ਦੋਵੇਂ ਮਾਂ ਪੁੱਤ ਵਿਚਾਰੇ ਰਹਿੰਦੇ ਰਸੋਈ ਚ ਕਰ ਦੀਏ ਮਨਪ੍ਰੀਤ ਗੱਲ ਕਰ ਤਿੰਨ ਵੱਜ ਗਏ ਪਤਾ ਨੀ ਕਦੋਂ ਜਾਣਾ ਝੂਠੀ ਜੀ ਮੈਂ ਆਂਦੀ ਮੈਂ ਚੱਲੀ ਚੱਲੀ ਹੈ ਮੰਮੀ ਹੈ ਸਿਰ ਭਾਜੀ ਨਾ ਆਉਣਾ ਸੁੱਖ ਨਾ ਆਉਣਾ ਸਵੇਰੇ ਘੁੰਮਣ ਦੀ ਮਾਰੀ ਆਹੀ ਦੇ ਵਿੱਚ ਰਹਿੰਦੇ ਹੈ ਨੀ ਸੋ ਤੈਨੂੰ ਮੈਂ ਭੁੱਖ ਲੱਗਿਆ ਮੈਂ ਪਨ ਮੰਮੀ ਦਾ ਮੁੰਡਾ ਮੇਰੇ ਨਾਲ ਬਕਵਾਸ ਕਰਦੀ ਹੈ ਦੱਸ ਨੀ ਸੁੱਖ ਨਾ ਆਉਣਾ ਸਵੇਰੇ ਲੈ ਭਾ ਗਿਆ ਨਾ ਬਹੁਤ ਕਿਤੇ ਪੀ ਐਚ ਡੀ ਕਰਨੀਆਂ ਕੁੜੀਆਂ ਤੇਰੀਆਂ ਭੂਆ ਜੀ ਦਾ ਹੁਣ ਟਾਈਮ ਲੱਗਾ ਹੈ ਨਾ ਚਾਹ ਪੀ ਸਾਰੇ ਪਿਆ ਗਏ ਸਹੀ ਗੱਲ ਅੱਜ ਚਾਹ ਭੂਆ ਨੇ ਟੋਕਰੇ ਟੋਕਰੇ ਪਕੌੜੇ ਬਣਾ ਛੱਡੇ ਚਾਹ ਜੀ ਭੂਆ ਨੇ ਦੁਕਾਨ ਦੇ ਵਿੱਚ ਬੱਚੇ ਸਾਰੇ ਬੋਰ ਹੁੰਦੇ ਭੂਆ ਚੱਲਦੇ ਸਾਨੂੰ ਚੀਜ਼ੀਆਂ ਖਾਣ ਵਾਸਤੇ ਚੱਲ ਆਉਂਦੇ ਜੋ ਖਾਣਾ ਖਾ ਸਕਦੀ ਤੂੰ ਬਹੁਤ ਵੱਡੀ ਦੁਕਾਨ ਹੈ ਨਾ ਚੱਲ ਸਰਗੋਂ ਵੇਖ ਕੇ ਖੁਸ਼ ਹੋ ਗਏ ਨਿਆਣੇ ਮੋਟੀ ਬੂੰਦੀ ਖਾਈਏ ਭੂਜੀ ਕੁੜੀ ਵਿਚਾਰੀ ਸਾਨੂੰ ਲੈਣ ਵਾਸਤੇ ਆਈ ਕਿ ਮੇਰੀ ਮੰਮਾ ਘਰੇ ਆ ਇਕੱਲੇ ਤੇ ਤੁਹਾਨੂੰ ਮਿਲਣਾ ਚਾਹੁੰਦੇ ਆ ਅਸੀਂ ਹੁਣ ਚੱਲੇ ਤੇ ਅਸੀਂ ਮਿਲ ਕੇ ਆਉਂਦੇ ਇਹਦੀ ਮੰਮਾ ਨੂੰ ਹੈ ਨਾ ਅਸੀਂ ਇਹਦਾ ਕਿੰਨੇ ਪਿਆਰ ਨਾਲ ਤੇਰੇ ਘਰ ਚੱਲੇ ਵਿਚਾਰੀ ਬੜੇ ਚੱਦੀ ਮੈਂ ਲਾਗੇ ਬੈਠੀ ਮੈਂ ਚੱਲ ਹੋ ਕੇ ਆਉਂਦੀ ਲਾਗੇ ਘਰ ਠੀਕ ਦੱਸਿਆ ਮੰਮਾ ਨੂੰ ਠੀਕ ਆ ਹੁਣ ਦੀਦੀ ਨੂੰ ਮਿਲਦੀ ਦੀਦੀ ਡੇਲੀ ਵਲੌਗ ਵੇਂਦੇ ਇਹਨਾਂ ਨੂੰ ਮਿਲਣਾ ਕਰਤੀ ਸਾਨੂੰ ਮਿਲ ਲਿਆ ਤੁਹਾਨੂੰ ਮਿਲਣਾ ਇਹ ਸਪੈਸ਼ਲ ਦੀਦੀ ਤੱਕ ਇੰਨਾ ਟਾਈਮ ਕੱਢ ਲੈਂਦੇ ਛੋਟੇ ਬੱਚੇ ਨਾਲ ਵੀ ਇੱਦਾਂ ਹੀ ਬਸ ਜਦੋਂ ਇਹਨੂੰ ਫੜਦੀ ਆ ਛੋਟੀ ਉਹ ਵੱਡੀ ਹੈ ਨਾ ਆਹੋ ਸਹੀ ਗੱਲ ਚਲੋ ਠੀਕ ਹੈ ਦੀਦੀ ਬਾਏ ਆਇਓ ਤੁਸੀਂ ਕਿਤੇ ਉਧਰ ਚੱਕਰ ਲੱਗਾ ਹਾਂਜੀ ਹੁਣ ਅਸੀਂ ਮਿਲ ਕੇ ਉਹਨਾਂ ਨੂੰ ਵਾਪਸ ਆਉਂਦੇ ਅਸੀਂ ਪਹਿਲਾਂ ਦੱਸ ਕੇ ਨੀ ਘਰਦੇ ਨਾਲ ਸਾਡੇ ਲੱਭਦੇ ਹੋਣੇ ਚੱਲ ਗਏ ਭਾਬੀ ਭੂਬੀ ਹੁਣੀ ਰਿਸ਼ਤਾ ਕਰਾ ਦੇਣਗੇ ਵੱਡਾ ਚਾਹ ਦਿੰਦੇ ਅੱਛਾ ਪ੍ਰੀਤ ਬੈਠੀ ਤੇ ਐਨਕ ਨਿਆਣਾ ਚ ਬੈਠੀ ਹੁੰਦੀ ਲੱਗਦੀ ਨੀ ਵਿਆਹੀ ਹੋ ਗਈ ਸਾਰੇ ਕੱਲ ਪੁੱਛਣਦੇ ਪ੍ਰੀਤ ਨੀ ਉੱਥੇ ਆਈ ਤੇ ਪ੍ਰੀਤ ਅੱਜ ਇੱਥੇ ਆਈ ਅੱਜ ਮਿਲ ਲਓ ਪ੍ਰੀਤ ਨੂੰ ਤੇ ਪ੍ਰੀਤ ਦੇ ਕੰਮ ਅਜੇ ਨਿਆਣਿਆਂ ਵਾਲੇ ਨਿਆਣਿਆਂ 'ਚ ਬੈਠੀ ਇਹਨਾਂ ਨੇ ਭਾਬੀਆਂ 'ਚ ਬਵਾਂ ਕੋਈ ਦੁੱਖ ਦੀ ਸੁੱਖ ਦੀ ਕਰਾਂ ਨਿਆਣਿਆਂ 'ਚ ਬੈਠੀ ਹੈ ਪ੍ਰੀਤ ਨਿਆਣੀ ਅਜੇ ਵੀ
ਬੜੀ ਸੇਵਾ ਕਰਨੀ ਕੀ ਗੱਲ ਹੈ, ਚੱਲ ਜਾ ਤਾ। ਤੂੰ ਕੁਝ ਕਰ ਲਾ, ਕੋਈ ਵਿਹਲੀ ਅੱਜ ਖਾਣਾ ਹੈ, ਅੱਜ ਵਿਹਲੀ ਖਾਣਾ ਹੈ। ਦੋਵਾਂ ਭੰਡੇ ਦਾ ਜ਼ਿਆਦਾ ਤੋਂ ਜ਼ਿਆਦਾ ਜਾਣੇ ਆ ਆਪਣੇ ਜੋਗ ਬਣਾ ਲੈ, ਜਿੰਨੀ ਕੰਮ ਬਣਾ ਲੈ। ਹਾਂ ਆਪਣੇ ਸਾਹ ਦਾ ਆ ਜਿਹੜੇ ਚੁੱਪ ਆ ਸਭ ਤੋਂ ਸਹੀ ਤਾਂ ਹੁੰਦਾ ਇੱਥੇ ਇੱਥੇ ਪਤਾ ਨਹੀਂ ਲੈਂਦਾ ਬਿੱਡਾ ਬਿੱਡਾ ਚੋੜੇ ਚੁੱਪ। ਹਾਂ ਆ ਵੀ ਪਾਣੀ ਦੀਦੀ ਚਾਹ ਬਣ ਗਈ, ਬਸ 5 ਮਿੰਟ ਬੰਦ ਕਰ। ਮਾਸੀ ਕੀ ਭਾਲਣ ਦੀ ਪਿੱਛੇ ਮਾਸੀ ਫਿਰ ਸੜੀ ਆਏ ਲੱਗ ਜਾਣੀ। ਦੀਦੀ ਨੀ ਆਏ ਅੱਜ, ਇਹ ਆ ਗਈ ਕੋਈ ਨਾ ਕੋਈ ਬੰਦਾ ਸਾਡਾ ਘਰ ਆਉਂਦਾ, ਉਹਨਾਂ ਦੇ ਹਲਵਾਈ ਲੱਗੇ ਤੇ ਰੋਟੀ ਪਾਣੀ ਬਣਦੇ ਸਾਰਿਆਂ ਨੇ ਅੱਜ ਦੀ ਖੁਸ਼ੀ ਦੇ ਵਿੱਚ ਸਾਰਿਆਂ ਨੇ ਬੜੇ ਪ੍ਰੋਗਰਾਮ ਕੀਤੇ ਜਿਹਦੇ ਜਿਹੜੇ ਤੋਂ ਗਏ ਅਤੇ ਬੜਾ ਵਧੀਆ ਫਿਰ ਲੱਗਦਾ। ਅੱਜ ਤਾਂ ਸਾਰੇ ਗੁਰੂ ਨਾਇਕ ਵਧੀਆ ਇਕੱਠੇ ਹੋਏ, ਹੁਣ ਇਹ ਜਾਣਾ ਵੱਡੀ ਭੂਈ ਕੋ, ਫਿਰ ਇਹ ਜਾਣਾ ਪ੍ਰੀਤ ਕੋ, ਫਿਰ ਮੇਰੀ ਭੂਆ ਦੀ ਕੁੜੀ ਕੋ, ਇੱਦਾਂ ਕਰਕੇ ਬੜੇ ਰਿਸ਼ਤੇਦਾਰ ਆਏ ਜਿੰਨਾ ਭਾਈ ਜਾਣਾ ਅਤੇ ਅੱਜ ਵੀ ਭੂਆ ਨਾਲ ਚਲ ਜਾਣਾ ਸਰ ਹੈ ਇਹ ਟਾਈਮ ਹੋ ਗਿਆ ਰੋਟੀ ਦਾ ਅਤੇ ਇੱਧਰ ਸਭ ਤੋਂ ਪਹਿਲਾਂ ਪ੍ਰੀਤ ਆਈ, ਪ੍ਰੀਤ ਨੇ ਜਾਣਾ ਛੇਤੀ, ਪ੍ਰੀਤ ਛੇਤੀ ਜਾਣਾ ਤਾਂ ਰੋਟੀ ਲੱਗੀ ਖਾਣ ਪਹਿਲਾਂ, ਠੀਕ ਹੈ ਠੀਕ ਹੈ।
ਸਿੱਧਾ ਰਟੋਲੀ ਹੋ ਜਾਣਾ ਘਰ ਵਾਲਿਆਂ ਪਹਿਲਾਂ ਲੂਣ ਮਿਰਚ ਚੈੱਕ ਫੁੱਫੜ ਦੇ ਲੂਣ ਮਿਰਚ ਚੈੱਕ ਅੱਛਾ ਮੈਂ ਚਾਹ ਲੂਣ ਮਿਰਚ ਚੈੱਕ ਕਰਨਾ ਫੁੱਫੜ ਦੇ ਪਹਿਲਾਂ ਮੈਂ ਕਰਕੇ ਦੱਸਦਾ ਕਿਤੇ ਵੱਧ ਕੱਟਣਾ ਹੋਵੇ ਉਹਨੇ ਦੱਸਦਾ ਜਿੱਥੇ ਵੀ ਆਓ ਫ੍ਰੀ ਚੱਲੀ ਆ ਚਲੋ ਰੱਜੀ ਰੋਟੀਆਂ ਰੱਜੀ ਰੋਟੀਆਂ ਨਾ ਕੋਈ ਨੀ ਆਦੀ ਚੰਗਾ ਮੈਂ ਲੇਟ ਆਉਂਦੀ ਹਾਂ ਹੋ ਗਈ ਤੁਹਾਡੀ ਸਾਰਿਆਂ ਦੀ ਤਿਆਰੀ ਹੁਣ ਵਾਪਸੀ ਦੀ ਅਤੇ ਜਾਣਾ ਅਸੀਂ ਹੁਣ ਚੱਲੇ ਪਿੰਡ ਅਤੇ ਦੀਪ ਨੇ ਛੱਡੀ ਜਾਣਾ ਤਾਂ ਕਰਕੇ ਫਿਰ ਛੱਡਣ ਲੱਗਣੇ ਅਸੀਂ ਮੈਂ ਚਾਹੀ ਚਾਹ ਰਹੀ ਅੱਜ ਦੀਪ ਨੇ ਸਲਾਹ ਕੀਤੀ ਵੀ ਦੀਪ ਨੂੰ ਮੈਂ ਛੱਡਣਾ ਮੈਂ ਅੱਧੀ ਰਾਤ ਫਿਰ ਬੱਸਾਂ 'ਚ ਧੱਕੇ ਖਾਣਗੀਆਂ ਹੁਣ ਦੀਪ ਨੇ ਮੈਨੂੰ 1000 ਰੁਪਇਆ ਖੁਸ਼ ਹੋ ਕੇ ਪਿਆਰ ਦੇਣਾ ਹੈ ਨਾ ਭੂਆ ਦੱਸ ਦਿਆਂ ਬਾਏ ਬਾਏ ਸਾਰਿਆਂ ਨੂੰ ਚੰਗਾ ਭੂਆ ਬਹੁਤ ਵਧੀਆ ਪ੍ਰੋਗਰਾਮ ਲੱਗਾ ਸਾਨੂੰ ਬਹੁਤ ਮਜ਼ਾ ਆਇਆ ਨਹੀਂ ਰਹਿਣਾ 10 ਦਿਨ ਪੰਚਰ ਹੋ ਗਿਆ ਦੀਪ ਦਾ ਮੋਟੀ ਦਾ ਭਾਰ ਫੜਾ ਸੀ ਆਉਂਦਿਆਂ ਪਾਣੀ ਵੀ ਨਹੀਂ ਪੀਤਾ ਪਾਣੀ ਦਾ ਗਲਾਸ ਵੀ ਵਿਪਲ ਦੇ ਹੱਥ ਜੀ ਆਉਂਦਿਆਂ ਪਹਿਲਾਂ ਟਾਇਰ ਪਾੜ ਗਿਆ ਸਾਡਾ ਜਾਪਦਾ ਪਤਾ ਨਹੀਂ ਪੰਚਰ ਹੀ ਇਹ ਕੰਮ ਗਲਤ ਹੋ ਗਿਆ ਜੀ ਪਹਿਲਾਂ ਨਟ ਲੈ ਕਰਨੇ ਹਾਂਜੀ ਹੁਣ ਅਸੀਂ ਘਰ ਪਹੁੰਚ ਗਏ ਹਾਂ ਅਤੇ ਜਤਿੰਦਰ ਹੁਣੀ ਦੀਪ ਦੀ ਛੱਡਣ ਚੱਲ ਕੇ ਉਹਨਾਂ ਦਾ ਪਿੰਡ ਕਿਉਂਕਿ ਉਹ ਇਹਨਾਂ ਨੇ ਸਕੂਲ ਜਾਣਾ ਬੱਚਿਆਂ ਨੇ ਅਤੇ ਅਸੀਂ ਸਾਰਿਆਂ ਨੇ ਕਵਰ ਸਾਰਿਆਂ ਨੇ ਆ ਗਏ ਹੁਣ ਅਸੀਂ ਬਾਹਰ ਬੰਜੇ ਦੇ ਬਹਿ ਕੇ ਗੱਲਾਂ ਬਾਤਾਂ ਮਾਰਦੇ ਹਾਂ ਚਾਹ ਪਾਣੀ ਪੀਂਦੇ ਹਾਂ ਨਾਲ ਗੱਲਾਂ ਕਰਦੇ ਹਾਂ ਆਹੋ ਗੱਲਾਂ ਬਾਤਾਂ ਕਹਿੰਦੇ ਨਾ ਮੈਂ ਚਾਹ ਬਣਾਉਣੀ ਪੀਣੀ ਸੁੱਖ ਦੀਦੀ ਹੋਣਾ ਚੱਲ ਜਾਣਾ ਫਿਰ ਸਾਰੇ ਆਰਾਮ ਨਾਲ ਬਹਿਣਾ ਵਿਹਲੇ ਹੋ ਗਏ ਬਿਜ਼ੀ ਹੋ ਗਏ ਸਾਰਿਆਂ ਨੇ ਸੂਟ ਚੇਂਜ ਕਰ ਲੈ ਚਲੋ